ਬਹੁਤ ਹੀ ਦੁੱਖਦਾਈ ਘਟਨਾ ਦੇ ਰੂਪ ਦੇ ਵਿੱਚ ਅੱਜ ਵਾਕਿਆ ਸਾਹਮਣੇ ਆਇਆ। ਜੇਜੂ ਦੇ ਕੋਲ ਇਸ ਕਾਜ਼ਵੇ ਦੇ ਅੰਦਰ ਜਿਹੜਾ ਹੈ ਗੱਡੀ ਪਾਣ ਕਰਕੇ ਪਾਣੀ ਬਹੁਤ ਜ਼ਿਆਦਾ ਸੀ। ਉਸ ਫਲੋਰ ਨੂੰ ਉਸ ਇਲਾਕੇ ਦੇ ਲੋਕ ਵੀ ਮੇਰੇ ਨਾਲ ਖੜ੍ਹੇ ਆ ਜਿਨ੍ਹਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਡਰਾਈਵਰ ਨੇ ਕਹਿਣਾ ਨਹੀਂ। ਔਰ ਉਹਦੇ ਨਾਲ ਨਾਲ ਮੈਂ ਕਹਿ ਸਕਦਾ ਦੋ ਉਹ ਜ਼ਿੰਦਗੀਆਂ ਚਲੀਆਂ ਗਈਆਂ ਜਿਹੜੀਆਂ ਇੱਕ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਸੀ। ਸੋ ਸਾਨੂੰ ਇਸ ਘਟਨਾ ਤੋਂ ਅੱਜ ਬਰਸਾਤ ਦੇ ਮੌਸਮ 'ਚ ਸਾਰਿਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕੋਈ ਇੱਦਾਂ ਦੇ ਹਾਲਾਤ। ਔਰ ਸਭ ਤੋਂ ਬੜੀ ਗੱਲ ਸੀ, ਬਹੁਤ ਹੋਰ ਵੀ ਗੱਡੀਆਂ ਨੂੰ ਇਹਨਾਂ ਨੌਜਵਾਨਾਂ ਸਾਥੀਆਂ ਨੇ ਲੋਕਾਂ ਨੂੰ ਕਿਹਾ ਵੀ ਗੱਡੀ ਨਾ ਪਾਓ ਪਾਣੀ ਦੇ ਵਿੱਚ, ਕਿਉਂਕਿ ਮੌਕੇ ਦੇ ਉੱਤੇ ਗੱਡੀ ਨਹੀਂ ਲੰਘ ਸਕਦੀ। ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ, ਇਹਨਾਂ ਦੀ ਬਹਾਦਰੀ ਦਾ ਵੀ ਸਲਾਮ ਕਰਦਾ, ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ, ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵੱਲੋਂ, ਜ਼ਿਲ੍ਹੇ ਦੇ ਸਾਰੇ ਆਫਿਸਰ ਸਿਬੰਧ ਤੁਰੰਤ ਇੱਥੇ ਪਹੁੰਚ ਗਏ ਸੀ, ਡਿਪਟੀ ਕਮਿਸ਼ਨਰ, SDM ਸਾਰੇ ਇੱਥੇ ਮੌਜੂਦ ਆ, ਜ਼ਿਲ੍ਹੇ ਦੇ SP ਸਾਹਿਬ ਔਰ ਸਾਰੀ ਪੁਲਿਸ ਮੌਜੂਦ ਹੈ। ਔਰ ਗੱਡੀ ਨੂੰ ਕੱਢ ਕੇ ਜਿਹੜਾ ਹੈਗਾ ਰੈਸਕਿਊ ਕਰਕੇ ਬਾਹਰ ਲਿਆਂਦਾ ਗਿਆ, ਔਰ 9 ਬੋਡੀਆਂ ਜਿਹੜੀਆਂ ਰਿਕਵਰ ਹੋ ਗਈਆਂ, ਬਾਕੀਆਂ ਦੀ ਵੀ ਤਲਾਸ਼ ਜਾਰੀ ਹੈ। NDRF ਔਰ SDF ਲੱਗੀ ਹੈ ਆਪਰੇਸ਼ਨ ਦੇ ਵਿੱਚ ਵੀ ਬਾਕੀ ਕਿੱਥੇ ਰੁੜ ਕੇ ਕਿੱਥੇ ਚੱਲ ਗਈਆਂ ਜਿਹੜੀਆਂ ਬੋਡੀਆਂ ਹੈ। ਲੇਕਿਨ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਜਿੱਥੇ ਉਹਨਾਂ ਨਾਲ ਸੰਵੇਦਨਾ ਵਿਅਕਤ ਕੀਤੀ ਗਈ ਹੈ, ਉੱਥੇ ਉਹਨਾਂ ਪਰਿਵਾਰਾਂ ਨੂੰ ਜਿਹੜਾ ਹੈ ਮੌਕੇ 'ਤੇ ਡਿਜ਼ਾਸਟਰ ਮੈਨੇਜਮੈਂਟ ਵੱਲੋਂ, CM ਸਾਹਿਬ ਵੱਲੋਂ ਹਰੇਕ ਜਿਹੜੇ ਲਾਈਫ ਲੋਸ ਹੋਈ ਆ 4 ਲੱਖ ਰੁਪਏ ਦਾ, ਜਿਹੜਾ ਹਰੇਕ ਪ੍ਰਾਣੀ ਦੀ ਜਾਨ ਦਾ ਤਾਂ ਕੋਈ ਹੋ ਨਹੀਂ ਸਕਦਾ, ਸਾਡੇ ਕੋਲ ਹੱਲ ਕੋਈ ਨਹੀਂ, ਲੇਕਿਨ 4 ਲੱਖ ਰੁਪਇਆ ਮਾਨਵੀ ਸਹਾਇਤਾ ਦੇ ਰੂਪ ਦੇ ਵਿੱਚ ਪਰਿਵਾਰਾਂ ਨੂੰ ਜ਼ਰੂਰ ਦਿੱਤਾ ਜਾਏਗਾ। ਔਰ ਦੁੱਖ ਤਾਂ ਬਹੁਤ ਜ਼ਿਆਦਾ ਹੈ, ਬਹੁਤ ਹੀ ਦੁੱਖਦਾਈ ਘਟਨਾ ਦੇ ਰੂਪ ਦੇ ਵਿੱਚ ਅੱਜ ਵਾਕਿਆ ਸਾਹਮਣੇ ਆਇਆ। ਜੇਜੂ ਦੇ ਕੋਲ ਇਸ ਕਾਜ਼ਵੇ ਦੇ ਅੰਦਰ ਜਿਹੜਾ ਹੈ ਗੱਡੀ ਪਾਣ ਕਰਕੇ ਪਾਣੀ ਬਹੁਤ ਜ਼ਿਆਦਾ ਸੀ। ਉਸ ਫਲੋਰ ਨੂੰ ਉਸ ਇਲਾਕੇ ਦੇ ਲੋਕ ਵੀ ਮੇਰੇ ਨਾਲ ਖੜ੍ਹੇ ਆ ਜਿਨ੍ਹਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਡਰਾਈਵਰ ਨੇ ਕਹਿਣਾ ਨਹੀਂ। ਔਰ ਉਹਦੇ ਨਾਲ ਨਾਲ ਮੈਂ ਕਹਿ ਸਕਦਾ ਦੋ ਉਹ ਜ਼ਿੰਦਗੀਆਂ ਚਲੀਆਂ ਗਈਆਂ ਜਿਹੜੀਆਂ ਇੱਕ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਸੀ। ਸੋ ਸਾਨੂੰ ਇਸ ਘਟਨਾ ਤੋਂ ਅੱਜ ਬਰਸਾਤ ਦੇ ਮੌਸਮ 'ਚ ਸਾਰਿਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕੋਈ ਇੱਦਾਂ ਦੇ ਹਾਲਾਤ। ਔਰ ਸਭ ਤੋਂ ਬੜੀ ਗੱਲ ਸੀ, ਬਹੁਤ ਹੋਰ ਵੀ ਗੱਡੀਆਂ ਨੂੰ ਇਹਨਾਂ ਨੌਜਵਾਨਾਂ ਸਾਥੀਆਂ ਨੇ ਲੋਕਾਂ ਨੂੰ ਕਿਹਾ ਵੀ ਗੱਡੀ ਨਾ ਪਾਓ ਪਾਣੀ ਦੇ ਵਿੱਚ, ਕਿਉਂਕਿ ਮੌਕੇ ਦੇ ਉੱਤੇ ਗੱਡੀ ਨਹੀਂ ਲੰਘ ਸਕਦੀ। ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ, ਇਹਨਾਂ ਦੀ ਬਹਾਦਰੀ ਦਾ ਵੀ ਸਲਾਮ ਕਰਦਾ, ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ, ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵੱਲੋਂ, ਜ਼ਿਲ੍ਹੇ ਦੇ ਸਾਰੇ ਆਫਿਸਰ ਸਿਬੰਧ ਤੁਰੰਤ ਇੱਥੇ ਪਹੁੰਚ ਗਏ ਸੀ, ਡਿਪਟੀ ਕਮਿਸ਼ਨਰ, SDM ਸਾਰੇ ਇੱਥੇ ਮੌਜੂਦ ਆ, ਜ਼ਿਲ੍ਹੇ ਦੇ SP ਸਾਹਿਬ ਔਰ ਸਾਰੀ ਪੁਲਿਸ ਮੌਜੂਦ ਹੈ। ਔਰ ਗੱਡੀ ਨੂੰ ਕੱਢ ਕੇ ਜਿਹੜਾ ਹੈਗਾ ਰੈਸਕਿਊ ਕਰਕੇ ਬਾਹਰ ਲਿਆਂਦਾ ਗਿਆ, ਔਰ 9 ਬੋਡੀਆਂ ਜਿਹੜੀਆਂ ਰਿਕਵਰ ਹੋ ਗਈਆਂ, ਬਾਕੀਆਂ ਦੀ ਵੀ ਤਲਾਸ਼ ਜਾਰੀ ਹੈ। NDRF ਔਰ SDF ਲੱਗੀ ਹੈ ਆਪਰੇਸ਼ਨ ਦੇ ਵਿੱਚ ਵੀ ਬਾਕੀ ਕਿੱਥੇ ਰੁੜ ਕੇ ਕਿੱਥੇ ਚੱਲ ਗਈਆਂ ਜਿਹੜੀਆਂ ਬੋਡੀਆਂ ਹੈ। ਲੇਕਿਨ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਜਿੱਥੇ ਉਹਨਾਂ ਨਾਲ ਸੰਵੇਦਨਾ ਵਿਅਕਤ ਕੀਤੀ ਗਈ ਹੈ, ਉੱਥੇ ਉਹਨਾਂ ਪਰਿਵਾਰਾਂ ਨੂੰ ਜਿਹੜਾ ਹੈ ਮੌਕੇ 'ਤੇ ਡਿਜ਼ਾਸਟਰ ਮੈਨੇਜਮੈਂਟ ਵੱਲੋਂ, CM ਸਾਹਿਬ ਵੱਲੋਂ ਹਰੇਕ ਜਿਹੜੇ ਲਾਈਫ ਲੋਸ ਹੋਈ ਆ 4 ਲੱਖ ਰੁਪਏ ਦਾ, ਜਿਹੜਾ ਹਰੇਕ ਪ੍ਰਾਣੀ ਦੀ ਜਾਨ ਦਾ ਤਾਂ ਕੋਈ ਹੋ ਨਹੀਂ ਸਕਦਾ, ਸਾਡੇ ਕੋਲ ਹੱਲ ਕੋਈ ਨਹੀਂ, ਲੇਕਿਨ 4 ਲੱਖ ਰੁਪਇਆ ਮਾਨਵੀ ਸਹਾਇਤਾ ਦੇ ਰੂਪ ਦੇ ਵਿੱਚ ਪਰਿਵਾਰਾਂ ਨੂੰ ਜ਼ਰੂਰ ਦਿੱਤਾ ਜਾਏਗਾ। ਔਰ ਦੁੱਖ ਤਾਂ ਬਹੁਤ ਜ਼ਿਆਦਾ ਹੈ, ਬਹੁਤ ਹੀ
ਦੁਖਦਾਈ ਘਟਨਾ ਦੇ ਰੂਪ ਦੇ ਵਿੱਚ ਅੱਜ ਵਾਕਿਆ ਸਾਹਮਣੇ ਆਇਆ। ਜੇਜੂ ਦੇ ਕੋਲ ਇਸ ਕਾਜ਼ਵੇ ਦੇ ਅੰਦਰ ਜਿਹੜਾ ਹੈ ਗੱਡੀ ਪਾਣ ਕਰਕੇ ਪਾਣੀ ਬਹੁਤ ਜ਼ਿਆਦਾ ਸੀ। ਉਸ ਫਲੋਰ ਨੂੰ ਉਸ ਇਲਾਕੇ ਦੇ ਲੋਕ ਵੀ ਮੇਰੇ ਨਾਲ ਖੜ੍ਹੇ ਆ ਜਿਨ੍ਹਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਡਰਾਈਵਰ ਨੇ ਕਹਿਣਾ ਨਹੀਂ। ਔਰ ਉਹਦੇ ਨਾਲ ਨਾਲ ਮੈਂ ਕਹਿ ਸਕਦਾ ਦੋ ਉਹ ਜ਼ਿੰਦਗੀਆਂ ਚਲੀਆਂ ਗਈਆਂ ਜਿਹੜੀਆਂ ਇੱਕ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਸੀ। ਸੋ ਸਾਨੂੰ ਇਸ ਘਟਨਾ ਤੋਂ ਅੱਜ ਬਰਸਾਤ ਦੇ ਮੌਸਮ 'ਚ ਸਾਰਿਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕੋਈ ਇੱਦਾਂ ਦੇ ਹਾਲਾਤ। ਔਰ ਸਭ ਤੋਂ ਬੜੀ ਗੱਲ ਸੀ ਬਹੁਤ ਹੋਰ ਵੀ ਗੱਡੀਆਂ ਨੂੰ ਇਹਨਾਂ ਨੌਜਵਾਨਾਂ ਸਾਥੀਆਂ ਨੇ ਲੋਕਾਂ ਨੂੰ ਕਿਹਾ ਵੀ ਗੱਡੀ ਨਾ ਪਾਓ ਪਾਣੀ ਦੇ ਵਿੱਚ, ਕਿਉਂਕਿ ਮੌਕੇ ਦੇ ਉੱਤੇ ਗੱਡੀ ਨਹੀਂ ਲੰਘ ਸਕਦੀ। ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ, ਇਹਨਾਂ ਦੀ ਬਹਾਦਰੀ ਦਾ ਵੀ ਸਲਾਮ ਕਰਦਾ, ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ, ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵੱਲੋਂ, ਜ਼ਿਲ੍ਹੇ ਦੇ ਸਾਰੇ ਆਫਿਸਰ ਸਿਬੰਧ ਤੁਰੰਤ ਇੱਥੇ ਪਹੁੰਚ ਗਏ ਸੀ, ਡਿਪਟੀ ਕਮਿਸ਼ਨਰ, SDM ਸਾਰੇ ਇੱਥੇ ਮੌਜੂਦ ਆ, ਜ਼ਿਲ੍ਹੇ ਦੇ SP ਸਾਹਿਬ ਔਰ ਸਾਰੀ ਪੁਲਿਸ ਮੌਜੂਦ ਹੈ। ਔਰ ਗੱਡੀ ਨੂੰ ਕੱਢ ਕੇ ਜਿਹੜਾ ਹੈਗਾ ਰੈਸਕਿਊ ਕਰਕੇ ਬਾਹਰ ਲਿਆਂਦਾ ਗਿਆ, ਔਰ 9 ਬੋਡੀਆਂ ਜਿਹੜੀਆਂ ਰਿਕਵਰ ਹੋ ਗਈਆਂ, ਬਾਕੀਆਂ ਦੀ ਵੀ ਤਲਾਸ਼ ਜਾਰੀ ਹੈ। NDRF ਔਰ SDF ਲੱਗੀ ਹੈ ਆਪਰੇਸ਼ਨ ਦੇ ਵਿੱਚ ਵੀ ਬਾਕੀ ਕਿੱਥੇ ਰੁੜ ਕੇ ਕਿੱਥੇ ਚੱਲ ਗਈਆਂ ਜਿਹੜੀਆਂ ਬੋਡੀਆਂ ਹੈ। ਲੇਕਿਨ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਜਿੱਥੇ ਉਹਨਾਂ ਨਾਲ ਸੰਵੇਦਨਾ ਵਿਅਕਤ ਕੀਤੀ ਗਈ ਹੈ, ਉੱਥੇ ਉਹਨਾਂ ਪਰਿਵਾਰਾਂ ਨੂੰ ਜਿਹੜਾ ਹੈ ਮੌਕੇ 'ਤੇ ਡਿਜ਼ਾਸਟਰ ਮੈਨੇਜਮੈਂਟ ਵੱਲੋਂ, CM ਸਾਹਿਬ ਵੱਲੋਂ ਹਰੇਕ ਜਿਹੜੇ ਲਾਈਫ ਲੋਸ ਹੋਈ ਆ 4 ਲੱਖ ਰੁਪਏ ਦਾ, ਜਿਹੜਾ ਹਰੇਕ ਪ੍ਰਾਣੀ ਦੀ ਜਾਨ ਦਾ ਤਾਂ ਕੋਈ ਹੋ ਨਹੀਂ ਸਕਦਾ, ਸਾਡੇ ਕੋਲ ਹੱਲ ਕੋਈ ਨਹੀਂ, ਲੇਕਿਨ 4 ਲੱਖ ਰੁਪਇਆ ਮਾਨਵੀ ਸਹਾਇਤਾ ਦੇ ਰੂਪ ਦੇ ਵਿੱਚ ਪਰਿਵਾਰਾਂ ਨੂੰ ਜ਼ਰੂਰ ਦਿੱਤਾ ਜਾਏਗਾ। ਔਰ ਦੁੱਖ ਤਾਂ ਬਹੁਤ ਜ਼ਿਆਦਾ ਹੈ।